ਪਟਿਆਲਾ ਵਿੱਚ 17 ਸਾਲ ਦੀ ਲੜਕੀ ਨਾਲ ਗੈਂਗ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਲੜਕੀ ਪਟਿਆਲਾ ਦੇ ਬਿਸ਼ਨ ਨਗਰ ਵਿੱਚ ਰਹਿਣ ਵਾਲੀ ਹੈ। 4 ਲੜਕੀਆਂ ਨੇ ਲੜਕੀ ਨੂੰ ਨੌਕਰੀ ਦਾ ਝਾਂਸਾ ਦੇ ਕੇ ਕੋਲਡ ਡਰਿੰਕ ਵਿੱਚ ਨਸ਼ੀਲੀ ਚੀਜ਼ ਮਿਲਾ ਕੇ ਉਸ ਨਾਲ ਗੈਂਗ ਰੇਪ ਕੀਤਾ ਹੈ, ਜਿਸ ਦੇ ਚੱਲਦੇ ਹੋਏ ਅਨਾਜ ਮੰਡੀ ਪੁਲਿਸ ਨੇ ਮਾਮਲਾ ਦਰਜ ਕਰਕੇ 4 ਆਰੋਪੀਆਂ ਨੂੰ ਗ੍ਰਿਫਤਾਰ ਕਰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਹ ਅਮੀਸ਼ਾ ਸ਼ਰਮਾ, ਡਾਟਰ ਆਫ ਸੰਜੀਵ ਸ਼ਰਮਾ, 17 ਸਾਲ ਉਮਰ ਸੀ ਇਹਦੀ। ਇਹਨੇ ਸਾਨੂੰ ਸਟੇਟਮੈਂਟ ਲਿਖਾਈ ਸੀ ਕਿ ਇਹਦੇ ਨਾਲ ਰੇਪ ਹੋਇਆ, ਜਿਹਦੇ 'ਤੇ ਇੱਕ FIR ਦਰਜ ਕੀਤੀ ਗਈ ਸੀ। ਇਹਨੇ 4 ਬੰਦਿਆਂ ਦੇ ਐਲੀਗੇਸ਼ਨ ਲਾਏ ਸੀਗੇ, 4 ਅਕਿਊਜ਼ ਅਰੈਸਟ ਨੇ ਅਤੇ ਉਹਨਾਂ ਨੂੰ ਜੇਲ੍ਹ ਭੇਜ ਚੁੱਕੇ ਹਨ। ਇੱਕ ਕਲੋਥ ਸ਼ੋਪ 'ਤੇ ਕੰਮ ਕਰਦੀ ਸੀ ਲੜਕੀ, ਵੀ ਉੱਥੇ ਕੰਮ ਕਰਦੀ ਸੀ, ਜਿਹੜੇ ਅਕਿਊਜ਼ ਸੀ ਉਹ ਵੀ ਉੱਥੇ ਕੰਮ ਕਰਦੀ ਸੀ। ਉਹਨੇ ਕਿਹਾ ਸੀ ਕਿ ਮੈਂ ਤੈਨੂੰ ਵਧੀਆ ਜੋਬ ਦੇ ਲਾਲਚ ਨੂੰ ਲੈ ਕੇ ਚਲਿਆ ਗਿਆ ਸੀ ਇਹਨੂੰ, ਕਹਿੰਦਾ ਤੈਨੂੰ ਮੈਂ ਮਤਲਬ ਵਧੀਆ ਸੈਲਰੀ ਵਾਲੀ ਜੋਬ ਦਵਾਉਣਾ। ਜਿਹੜੀ ਲੜਕੀ ਆ ਉਹਦੀ 17 ਸਾਲ ਏਜ ਸੀਗੀ ਅਤੇ ਬਾਕੀ ਲੜਕੇ ਸੀ ਜਿਹੜੇ ਉਹ 18 ਮਚਿਓਰ ਨੇ ਸਾਰੇ। ਪਟਿਆਲਾ ਤੋਂ SM1 ਨਿਊਜ਼ ਦੇ ਲਈ ਬਲਜੀਤ ਸਰਨਾ ਦੀ।